ਪੰਜਾਬ ਦੇ ਕੈਬਨਿਟ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਜੱਦੀ ਸ਼ਹਿਰ ਤਪਾ ਮੰਡੀ ਵਿਖੇ ਇੱਕ ਸੰਸਥਾ ਵੱਲੋਂ ਲਗਾਏ ਗਏ ਮੈਡੀਕਲ ਫ੍ਰੀ ਚੈੱਕਅਪ ਕੈਂਪ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਫ੍ਰੀ ਮੈਡੀਕਲ ਕੈਂਪ 'ਚ ਲਾਹਾ ਲੈਣ ਆਏ ਮਰੀਜ਼ਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਗਰਮੀ 'ਚ ਬੈਠੇ ਨੇ, ਪਰ ਕੈਂਪ ਵਿੱਚ ਮਰੀਜ਼ਾਂ ਨੂੰ ਚੈੱਕਅਪ ਲਈ ਆਏ ਡਾਕਟਰ ਅੰਦਰ ਏਸੀ ਕਮਰੇ ਵਿੱਚ ਬੈਠੇ ਨੇ ਅਤੇ ਮਰੀਜ਼ ਬਾਹਰ ਬੈਠੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ। ਇਹ ਕੈਂਪ ਮਹਿਜ਼ ਇੱਕ ਡਰਾਮਾ ਹੈ। ਉਹਨਾਂ ਕਿਹਾ ਕਿ ਫ੍ਰੀ ਮੈਡੀਕਲ ਚੈੱਕਅਪ ਕੈਂਪ ਵਿੱਚ ਆਪਣੀ ਲੈਬ ਦੀ ਐਡ ਕਰਨ ਸੰਬੰਧੀ ਲੋਕਾਂ ਨੂੰ ਕਈ ਪਿੰਡਾਂ 'ਚੋਂ ਬਿਨਾਂ ਵਜ੍ਹਾ ਬੁਲਾਇਆ ਗਿਆ। ਫ੍ਰੀ ਮੈਡੀਕਲ ਚੈੱਕਅਪ ਕੈਂਪ 'ਚ ਡਾਕਟਰਾਂ ਵੱਲੋਂ ਨਾ ਤਾਂ ਉਹਨਾਂ ਦਾ ਕੋਈ ਚੈੱਕਅਪ ਕੀਤਾ ਜਾ ਰਿਹਾ ਅਤੇ ਨਾ ਹੀ ਕੋਈ ਦਵਾਈ ਦਿੱਤੀ ਜਾ ਰਹੀ ਹੈ। ਇਹਨਾਂ ਨੂੰ ਸਾਰਿਆਂ ਨੂੰ ਡੀਲ ਕਰਨਾ ਚਾਹੀਦਾ ਪ੍ਰੋਪਰ, ਜਾਂ ਤਾਂ ਸਾਹਮਣੋਂ ਆਪੋਜਿਟ ਸਾਈਡ 'ਤੇ ਜਾਂ ਸਾਈਡ 'ਤੇ ਬਹਾ ਕੇ ਉਹਨਾਂ ਦੀ ਪਰਚੀ ਵਗੈਰਾ ਕੱਟ ਕੇ ਉਹਦੇ ਨੰਬਰ ਲਾ ਕੇ ਉਹਨਾਂ ਨੂੰ ਉਸ ਮਰੀਜ਼ ਨੂੰ ਉਹ ਆਵਾਜ਼ ਮਾਰੀ ਜਾਵੇ ਤਾਂ ਕਿ ਥੋੜ੍ਹਾ ਜਿਹਾ ਬਜ਼ੁਰਗਾਂ ਨੂੰ ਅਤੇ ਬਿਰਧਵਾ ਜਿਹੜੇ ਹੈਗੇ ਆ ਸਾਡੇ ਉਹਨਾਂ ਨੂੰ ਥੋੜ੍ਹੀ ਜਿਹੀ ਦਿੱਕਤ ਨਾ ਆਵੇ। ਜਦੋਂ ਇਸ ਸੰਬੰਧੀ ਪੀੜਤ ਲੋਕਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਤਾਂ ਪੱਤਰਕਾਰ ਮੌਕੇ ਤੇ ਕਵਰਿੰਗ ਕਰਨ ਲਈ ਪਹੁੰਚੇ ਤੇ ਕੈਂਪ ਦੇ ਪ੍ਰਬੰਧਕਾਂ ਨੇ ਉਹਨਾਂ ਦੇ ਨਾਲ ਵੀ ਖਿੱਚ ਤੁਕ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਇਸ ਸੰਬੰਧੀ ਕੈਂਪ ਦੇ ਪ੍ਰਬੰਧਕ ਦੇ ਨਾਲ ਮੈਡੀਕਲ ਚੈੱਕਅਪ ਕੈਂਪ ਦੀ ਪਰਮਿਸ਼ਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਵੀ ਮੈਡੀਕਲ ਚੈੱਕਅਪ ਕੈਂਪ ਲਗਾਉਣ ਦੀ ਪਰਮਿਸ਼ਨ ਦੀ ਲੋੜ ਨਹੀਂ ਹੈ। ਪੱਤਰਕਾਰਾਂ ਦੇ ਨਾਲ ਬੁਰਾ ਵਤੀਰਾ ਕਰਨ ਦੀ ਗੱਲ ਤੇ ਵੀ ਪ੍ਰਬੰਧਕਾਂ ਵੱਲੋਂ ਮਾਫ਼ੀ ਮੰਗਣ ਦੀ ਗੱਲ ਆਖੀ ਗਈ। ਜਿਹੜੀ ਸਾਂਝੀ ਸੰਸਥਾ ਹੈ ਉਹਦੇ ਵਿੱਚ ਅਸੀਂ ਪੂਰੀ ਐਫਰਟ ਕੀਤੀ ਆ ਵੀ ਵੱਧ ਤੋਂ ਵੱਧ ਮਰੀਜ਼ਾਂ ਨੂੰ ਲਾਹਾ ਆਵੇ ਅਤੇ ਹਰ ਇੱਕ ਪੇਸ਼ੈਂਟ ਨੂੰ ਖੁਸ਼ ਹੋ ਕੇ ਜਾਵੇ ਅਤੇ ਹਰ ਇੱਕ ਡਾਕਟਰ ਨੂੰ ਅਸੀਂ ਪਹਿਲਾਂ ਸਮਝਾਇਆ ਵੀ ਪੇਸ਼ੈਂਟ ਦੀ ਸੈਟਿਸਫੈਕਸ਼ਨ ਕਰਾਉਣੀ ਹੈ, ਤਸੱਲੀ ਕਰਾਉਣੀ ਹੈ, ਜਿੰਨੀ ਕੁ ਮੈਡੀਸਨ ਹੈਗੀ ਵੱਧ ਤੋਂ ਵੱਧ ਦੇਣੀ ਹੈ। ਦੇਖੋ ਜੀ, ਜਿਹੜੀ ਕੋਈ ਇਹੋ ਜਿਹੀ ਗੱਲ ਹੈ, ਸਾਡੀ ਸੰਸਥਾ ਆਪਣੀ ਸੰਸਥਾ ਵੱਲੋਂ ਇਹੋ ਜਿਹਾ ਕੋਈ ਮਨਸੂਬਾ ਨਹੀਂ ਹੈ, ਸਭ ਦੀ ਸੇਵਾ ਕਰਨਾ ਇਹਦਾ ਕੰਮ ਹੈ ਅਤੇ ਸੇਵਾ ਦੇ ਵਿੱਚ ਚਲਾਇਆ ਜਾ ਰਿਹਾ ਹੈ। ਜੇਕਰ ਪੰਜਾਬ ਦੇ ਸਿਹਤ ਮੰਤਰੀ ਦੇ ਸ਼ਹਿਰ ਵਿੱਚ ਬਿਨਾਂ ਪਰਮਿਸ਼ਨ ਤੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਤਾਂ ਪੰਜਾਬ ਦੇ ਨਾਗਰਿਕਾਂ ਦੀ ਸਿਹਤ ਕਿਵੇਂ ਬਚ ਸਕਦੀ ਹੈ? ਸੋ ਲੋੜ ਹੈ ਆਪ ਮੁਹਾਰੇ ਲੋਕਾਂ 'ਤੇ ਕਾਰਵਾਈ ਕਰਨ ਦੀ, ਜਿਸ ਦੇ ਨਾਲ ਲੋਕਾਂ ਦੀ ਸਿਹਤ ਦਾ ਖਿਆਲ ਰਹਿ ਸਕੇ। ਤਪਾ ਮੰਡੀ ਤੋਂ ਧਰਮਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9563 9563।